ਕੌੜੇ ਸ਼ਬਦ ਕਈ ਵਾਰੀ ਬੋਲਣੇ ਪੈ ਜਾਂਦੇ, ਅਸੀਂ ਬੋਲ ਵੀ ਦਿੰਦੇ ਹਾਂ, ਪਛਤਾਉਣੇ ਵੀ ਹੈ, ਪਰ ਕਈ ਵਾਰੀ ਸਾਨੂੰ ਮਜਬੂਰ ਕਰ ਦਿੰਦੇ. ਹੁਣ ਇਹਨਾਂ ਨੇ ਮਜਬੂਰ ਕਰਤਾ, ਅਸੀਂ ਬੋਲਣਾ ਨਹੀਂ ਚਾਹੁੰਦੇ, ਨਾ ਹੀ ਬਾਈ ਬਲਕੌਰ ਸਿੰਘ ਹੋਰੀ ਇਸ ਚੀਜ਼ 'ਤੇ ਕੋਈ ਬੋਲਦੇ, ਕਿਉਂਕਿ ਉਹਨਾਂ ਨੂੰ ਪਤਾ ਵੀ ਬੋਲਾਂਗੇ ਇਹ ਗੱਲ ਵਧੂਗੀ, ਇਹਦਾ ਵਧਾਉਣ ਦਾ ਕੋਈ ਤੁੱਕ ਨਹੀਂ. ਅਸੀਂ ਤਾਂ ਸਿਰਫ ਇੰਨੀ ਬੇਨਤੀ ਕਰਦੇ ਹਾਂ ਵੀ ਜਿਹਨੇ ਵੀ ਇਹ ਖਬਰਾਂ ਚਲਾਈਆਂ ਉਹ ਇਹਨੂੰ ਜਲਦੀ ਤੋਂ ਜਲਦੀ ਡਿਲੀਟ ਕਰ ਦੇਣ. ਜਿਹੜੀ ਕੋਈ ਗੱਲ ਆਊਗੀ ਜਾਂ ਸਾਹਮਣੇ ਆਊਗੀ ਉਹ ਥਮਾ ਆਉਣ 'ਤੇ ਆਜੂਗੀ, ਸਭ ਨੂੰ ਪਤਾ ਲੱਗ ਜੂਗਾ. ਬਿਨਾਂ ਤੁੱਕੀਆਂ ਬੇਮਤਲਬੀਆਂ ਜਿਹੜੀਆਂ ਗੱਲਾਂ ਉਹ ਨਹੀਂ ਕਰਨੀ ਚਾਹੀਦੀ. ਕੁਲਦੀਪ ਜੀ ਕੀ ਕਹੋਗੇ? ਪਹਿਲਾਂ ਵੀ ਸੋਸ਼ਲ ਮੀਡੀਆ ਦਾ ਖਮਿਆਜਾ ਪਰਿਵਾਰ ਭੁਗਤ ਰਿਹਾ, ਹੁਣ ਫਿਰ ਉਹੀ ਚੀਜ਼ਾਂ ਦੁਬਾਰਾ ਪਰਿਵਾਰ ਨੂੰ ਪਹਿਲੀਆਂ ਥ੍ਰੈਟਿੰਗ ਆ ਰਹੇ ਆ? ਬਾਈ ਜੀ ਕਹਿਣਾ ਕੀ ਹੈ, ਹੁਣ ਇਹ ਤਾਂ ਸਾਰਿਆਂ ਨੂੰ ਪਤਾ ਜਿਹੜੀ ਪਹਿਲਾਂ ਸੋਸ਼ਲ ਮੀਡੀਆ ਨੇ ਲੀਕ ਕੀਤੀਆਂ ਖਬਰਾਂ ਲੀਕ ਕੀਤੀਆਂ, ਸਿਕਿਉਰਿਟੀ ਲੈਸ ਕਰਤੀ, ਇਹ ਕਰਤਾ ਵੋ ਕਰਤਾ, ਹੁਣ ਸਿੱਧੂ ਕੱਲਾ ਉਹਨੂੰ ਮਾਰ ਦਿਓ, ਇਹ ਸਾਰਾ ਕੁਝ ਸੋਸ਼ਲ ਮੀਡੀਆ ਨੇ ਕੀਤਾ, ਇਹਨਾਂ ਚੀਜ਼ਾਂ ਨੇ ਕੀਤਾ. ਬਲਤੇਜ ਪੰਨੂ ਵਰਗਿਆਂ ਨੇ ਆ ਇਹੀ ਕੰਮ ਕਰਵਾਇਆ ਸੀ, ਠੀਕ ਹੈ? ਉਹ ਜਿਹਦਾ ਖਿਆਮਾ ਅੱਜ ਸਿੱਧੂ ਦਾ ਪਿਓ ਵਾਰ ਵਾਰ ਕੋਰਟ ਆਉਂਦਾ, ਆ ਕੇ ਮੁੜ ਜਾਂਦਾ, ਇੱਥੇ ਤਰੀਕ ਪੈ ਜਾਂਦੀ ਹੈ ਮੁੜ ਜਾਂਦਾ, ਤਰੀਕ ਪੈ ਜਾਂਦੀ ਹੈ ਮੁੜ ਜਾਂਦਾ, ਇਨਸਾਫ਼ ਮਿਲਿਆ ਕੋਈ ਨਹੀਂ. ਜੇ ਗੱਲ ਕੀਤੀ ਵੀ ਇਹਨਾਂ 'ਤੇ ਕਾਰਵਾਈ ਕਰੋ ਤਾਂ ਸਰਕਾਰ ਚੁੱਪੀ ਧਾਰ ਕੇ ਬੈਠੀ ਹੋਈ ਹੈ. ਭਗਵੰਤ ਮਾਨ ਸਾਹਿਬ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ ਵੀ ਬਲਤੇਜ ਪੰਨੂ 'ਤੇ ਕਾਰਵਾਈ ਦੀ ਕੋਈ ਗੱਲ ਹੀ ਨਹੀਂ ਕਰਦਾ, ਠੀਕ ਹੈ? ਹੁਣ ਜਿਹੜੀ ਆਹ ਗੱਲ ਹੋ ਗਈ ਹੈ, ਕਿਉਂਕਿ ਹਜੇ ਐਡਾ ਵੱਡਾ ਮਸਲਾ ਯਾਰ, ਇੰਨੀ ਉਹਨਾਂ ਨੂੰ ਥ੍ਰੈਟ ਆ ਰਹੇ ਆ, ਅਤੇ ਬੋਲਣ ਵਾਲੇ ਨੂੰ ਸ਼ਰਮ ਹੀ ਨਹੀਂ ਆਈ ਯਾਰ, ਮੈਂ ਕੀ ਕਰ ਰਿਹਾ ਅਤੇ ਮੈਂ ਕਿਹੜੀ ਪੱਤਰਕਾਰਤਾ ਕਰ ਰਿਹਾ, ਕਿਹੜੇ ਪਾਸੇ ਨੂੰ ਸਾਡੀ ਇਹ ਪੱਤਰਕਾਰਤਾ ਵਾ, ਕੀ ਸਾਨੂੰ ਇਹ ਕਿਹੜੇ ਸਾਡੇ ਸਮਾਜ ਨੂੰ ਕਿਹੜੀ ਸੇਧ ਦੇ ਰਹੇ ਆ? ਕੀ ਇਹ ਪੰਜਾਬ ਦੇ ਮੁੱਦੇ ਆ? ਕੀ ਇਹ ਪੰਜਾਬ ਦਾ ਮੁੱਦਾ? ਠੀਕ ਹੈ, ਸਿੱਧੂ ਦੇ ਫੈਨ ਨੂੰ ਇਹ ਸਭ ਨੂੰ ਆਸ ਹੈ ਵੀ ਇਹਨਾਂ ਦੇ ਘਰੇ ਕੋਈ ਬੱਚਾ ਹੋਵੇ, ਸਾਰੇ ਖੁਸ਼ੀਆਂ ਭਰਿਆ ਦਿਨ ਜਿਹੜਾ ਦੁਬਾਰਾ ਆਵੇ. ਪਰ ਇਹਦਾ ਇਹ ਮਤਲਬ ਤਾਂ ਨਹੀਂ ਹੈ ਯਾਰ ਵੀ ਤੁਸੀਂ ਯਾਰ ਕੱਲ੍ਹ ਨੂੰ ਉਹ ਦਵਾਈ ਲੈਣ ਜਾਣ, ਕਿਸੇ ਹੋਰ ਕਾਰਨ ਕਰਕੇ ਕੋਈ ਬੁਖਾਰ ਹੋ ਗਿਆ, ਕੋਈ ਸਿਰ ਦੁੱਖ ਗਿਆ, ਕਿ ਉਹ ਸਿੱਧੂ ਦੇ ਡੈਡੀ ਦੇ ਸਟੰਟ ਪਏ ਹੋਏ ਆ, ਸਾਰਾ ਸਰੀਰ ਦੇ ਵਿੱਚ ਸਟੀਲ ਹੀ ਸਟੀਲ ਹੈ, ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰੋਬਲਮ ਆ ਜਾਂਦੀ ਹੈ. ਹੋਸਪਿਟਲ ਜਾਣਾ ਪੈਂਦਾ, ਉੱਥੇ ਕੀ ਇਹ ਕੈਮਰੇ ਲੈ ਕੇ ਆ ਜਾਣਗੇ ਜੀ, ਕੀ ਹੋ ਗਿਆ, ਕੀ ਚੱਲ ਰਿਹਾ? ਇਹਨਾਂ ਨੂੰ ਤਾਂ ਸ਼ਰਮ ਹੀ ਨਹੀਂ ਹੈਗੀ ਬਿਲਕੁਲ ਵੀ. ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਥੋੜ੍ਹੀ ਸ਼ਰਮ ਵਰਤਣੀ ਚਾਹੀਦੀ ਹੈ, ਥੋੜ੍ਹੀ ਜਿਹੀ ਇਸ ਚੀਜ਼ ਤੋਂ ਸੋਚ ਲੈਣ ਸੇਧ ਲੈਣੀ ਚਾਹੀਦੀ ਹੈ ਵੀ ਪੱਤਰਕਾਰ ਤਾਂ ਕਿਸ ਚੀਜ਼ ਦਾ. ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਬਹੁਤ ਸਾਰੇ ਪੱਤਰਕਾਰਾਂ ਨੂੰ ਬਹੁਤ ਸਾਰੀਆਂ ਗੱਲਾਂ ਪਤਾ ਹੈ, ਪਰ ਉਹ ਸੋਸ਼ਲ ਮੀਡੀਆ 'ਤੇ ਨਹੀਂ ਆਉਂਦੇ, ਕਦੇ ਵੀ ਇੱਦਾਂ ਦੀ ਉਹ ਗੱਲ ਕਰਦੇ ਹੁੰਦੇ. ਇਹਨਾਂ ਨੂੰ ਸ਼ਰਮ ਦਾ ਘਾਟਾ ਹੈ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ. ਇਹਨਾਂ ਨੂੰ ਅਸੀਂ ਤਾੜਨਾ ਵੀ ਦਿੰਦੇ ਹਾਂ ਵੀ ਕੱਲ੍ਹ ਨੂੰ ਇਹ ਨਾ ਹੋਵੇ ਵੀ ਅਸੀਂ, ਕਿਉਂਕਿ ਮੇਰੇ ਸਾਡੇ ਮੌਲਿਕ ਅਧਿਕਾਰ ਹੈ ਆਰਟੀਕਲ 21 ਦੇ ਮੁਤਾਬਕ, ਜਿਹੜਾ ਕੋਈ ਕਿਸੇ ਦਾ ਅਧਿਕਾਰ ਹੁੰਦਾ ਹੈ ਵੀ ਉਹਨੂੰ ਕੋਈ ਸੋਸ਼ਲ ਮੀਡੀਆ 'ਤੇ ਨਹੀਂ ਪੈ ਰਹੀ, ਕੋਈ ਪਰਸਨਲ ਚੀਜ਼ ਨੂੰ ਪਾ ਸਕਦਾ. ਇਹ ਮੈਨੂੰ ਮੇਰਾ ਅਧਿਕਾਰ ਹੈ ਆਰਟੀਕਲ 21 ਦੇ ਤਹਿਤ, ਮੈਨੂੰ ਇਹ ਮੌਲਿਕ ਅਧਿਕਾਰ ਮਿਲੇ ਹੋਏ ਆ. ਇਹਦੇ ਵਿੱਚ ਜੇ ਮੈਂ ਕੋਈ ਇਹਨਾਂ 'ਤੇ ਪਟੀਸ਼ਨ ਪਾ ਦਾ ਤਾਂ 2 ਸਾਲ ਦੀ ਸਜ਼ਾ, ਠੀਕ ਹੈ? ਉਹ ਪਰਿਵਾਰ ਨਹੀਂ ਬੋਲਦਾ, ਇਹਦਾ ਇਹ ਮਤਲਬ ਤਾਂ ਨਹੀਂ ਹੈ ਯਾਰ ਵੀ ਤੁਸੀਂ ਸਿਰੇ ਸਿਰ ਚੜ੍ਹੀ ਜਾਓ, ਗਾਂਹ ਦੀ ਗਾਂਹ ਤੁਸੀਂ ਫੋਟੋਆਂ ਐਡ ਐਡਿਟ ਕਰਕੇ ਹੋਰ ਚੀਜ਼ਾਂ ਕਰ ਕਰਕੇ ਤੁਸੀਂ ਗੰਦ ਮੰਦ ਜਿਹੜਾ ਇਹਦੇ ਉੱਤੇ ਪਾਉਣ ਲੱਗ ਗਏ. ਪੱਤਰਕਾਰਾਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਜਿਹਨਾਂ ਕੋਲ ਖਬਰਾਂ ਚਲਾਈਆਂ ਉਹਨਾਂ ਨੇ ਡੀਲ ਕਰ ਦਿਓ, ਨਹੀਂ ਆਰਟੀਕਲ ਤੁਹਾਨੂੰ ਦੱਸੀ ਸਾਡੇ ਭਰਾ ਨੇ ਉਹਦੇ ਤਹਿਤ ਕਾਨੂੰਨ ਦੇ ਤਹਿਤ ਤੁਹਾਡੇ ਤੁਹਾਨੂੰ ਖਿੱਚਣਾ ਪਊਗਾ. ਤਾਂ ਅਸੀਂ ਬੇਨਤੀ ਕਰਦੇ ਮੈਨੂੰ ਛੇਤੀ ਡਿਲੀਟ ਮਾਰ ਦਿਓ, ਪਰਿਵਾਰ ਨੂੰ ਬਹੁਤ ਵੱਡਾ ਕੱਲ੍ਹ ਦਾ ਮਤਲਬ ਦੁੱਖ ਹੈ ਇਸ ਗੱਲ ਦਾ. ਤਾਂ ਜਿਹਨਾਂ ਜਿਹਨਾਂ ਨੇ ਇਹ ਚਗਲ ਆਪਣਾ ਕੀਤਾ ਹੈ ਤਾਂ ਉਹ ਇਸ ਖਮਾਜਾ ਭੁਗਤ ਲੈਣਗੇ, ਫਿਰ ਆਪਣੇ ਬਾਜ ਆ ਜਾਊ ਗੱਬਾਂ ਤੋਂ. ਸਾਡੇ ਪੰਜਾਬ ਦਾ CM ਹੈ ਜਦੋਂ 26 ਜਨਵਰੀ ਤੋਂ ਆਪਣੇ ਬੱਚਿਆਂ ਨੂੰ ਦੱਸਦਾ ਵੀ ਤੁਹਾਡੀ ਦੂਜੀ ਮਾਂ ਨੂੰ ਇੰਨਾ ਮਹੀਨਾ ਲੱਗ ਗਿਆ ਤਾਂ ਉਹ ਪੱਤਰਕਾਰਾਂ ਨੂੰ ਸਿੱਖ ਲਿਆਊਗਾ. ਮੈਂ ਤਾਂ ਉਹਨਾਂ ਤੋਂ ਲੰਘ ਵੀ ਜੇ ਸਾਡੇ CM ਤੋਂ ਪੱਤਰਕਾਰਾਂ ਨੇ ਸਿੱਖਿਆ ਹੋਊਗਾ ਜਿਹੜਾ ਹੁਣ ਚਲਾਇਆ ਇਸ ਪਰਿਵਾਰ ਨੂੰ. ਹੁਣ ਜਿਵੇਂ ਬਹੁਤ ਕੁਛ ਚਲਾਇਆ ਯਾਰ IBF ਫਲਾਨਾ, ਉਹ ਕਿਹਨੇ ਇਹਨਾਂ ਨੂੰ ਪੁਸ਼ਟੀ ਕਰਤੀ ਪਰਿਵਾਰ ਦਾ ਬੋਲਣ ਨੂੰ ਤਿਆਰ ਨਹੀਂ? ਜਿਹਦੇ ਮੂੰਹ ਦੇ ਵਿੱਚ ਕੁਛ ਹੈਗਾ ਜੀ ਭੌਂਕੀ ਜਾਂਦੇ ਨੇ, ਜਿਹਦੇ ਮੂੰਹ ਦੇ ਵਿੱਚ ਹੈਗਾ ਵਗੀ ਜਾਂਦੇ ਨੇ, ਪਰ ਪਤਾ ਕਿਸੇ ਨੂੰ ਕੱਖ ਨਹੀਂ ਹੈਗਾ ਜੀ. ਕੀ ਅਪੀਲ ਕਰਨਾ ਚਾਹੁੰਦੇ ਹੋ? ਅਪੀਲ ਤਾਂ ਮੈਂ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਜਿਹਨਾਂ ਚੈਨਲ ਨੇ ਚਲਾਈ ਹੈ ਸਹੀ, ਤੁਸੀਂ ਡੀਟ ਮਾਰ ਦਿਓ ਜੀ ਇਹਨੂੰ ਬਸ.